ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਗੱਲ ਕਰਾਂਗੇ 26 ਸਤੰਬਰ ਪੰਜਾਬ ਮੌਸਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀ ਹਲਚਲ ਰਹਿ ਸਕਦੀ ਹੈ ਸੋ ਜਿਵੇਂ ਕਿ ਆਪਾਂ ਸਵੇਰ ਦੇ ਵੇਲੇ ਤੋਂ ਦੇਖ ਰਹੇ ਹਾਂ ਕਿ ਪੰਜਾਬ ਦੇ ਪੂਰਬੀ ਤੇ ਕੁਝ ਉੱਤਰੀ ਭਾਗਾਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਸੋ ਜਿਸ ਦੇ ਪ੍ਰਭਾਵ ਵਜੋਂ ਇਲਾਕੇ ਜਿਹੜੇ ਬੱਦਲਵਾਈ ਵੇਟ ਆਉਣਗੇ ਉਹਦੇ ਵਿੱਚ ਲੁਧਿਆਣੇ ਤੋਂ ਲੈ ਕੇ ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਨਾਲ ਕੁਝ ਭਾਗ ਹਸ਼ਿਆਰਪੁਰ ਦੇ ਤੇ ਇਸ ਤੋਂ ਇਲਾਵਾ ਐਸਬੀਐਸ ਨਗਰ ਹੋ ਗਿਆ ਚੰਡੀਗੜ੍ਹ ਮੋਹਾਲੀ ਬੱਤੀ ਪਠਾਨਾ ਇਹ ਜੋ ਸਾਰੇ ਇਲਾਕੇ ਪੈ ਜਾਂਦੇ ਨੇ ਇਹਨਾਂ ਇਲਾਕਿਆਂ ਵਿੱਚ ਬੱਦਲਵਾਈ ਦਾ ਦੌਰ ਅ ਸਵੇਰ ਤੋਂ ਲੈ ਕੇ ਲਗਭਗ ਆਉਣ ਵਾਲੇ 2 ਤੋਂ 4 ਘੰਟਿਆਂ ਤੱਕ ਰਹੇਗਾ ਤੇ ਇਸ ਦੇ ਨਾਲ ਹੀ ਇੱਕ ਪੱਛਮੀ ਪਾਸੇੋਂ ਬੱਦਲੀ ਸਿਸਟਮ ਐਂਟਰ ਹੋ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਲਗਭਗ ਦੁਪਹਿਰ ਦੇ ਕਰੀਬ ਆ ਕੇ ਬੱਦਲਵਾਈ ਦੇਖਣ ਨੂੰ ਮਿਲੇਗੀ ਲਗਭਗ 11-12 ਵਜੇ ਤੋਂ ਜਿਸ ਦੇ ਕਾਰਨ ਮਾਝਾ ਤੇ ਦੋਆਬਾ ਦਾ ਖੇਤਰ ਪ੍ਰਭਾਵਿਤ ਹੋ ਸਕਦਾ ਤੇ ਕੁਝ ਭਾਗਾਂ ਵਿੱਚ ਆਪਾਂ ਨੂੰ ਹਲਕੀ ਫੁਲਕੀ ਬਰਸਾਤ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਜਿਆਦਾ ਮੀਂਹ ਦੇ आसार ਨਹੀਂ ਹੋਣਗੇ ਪਰ ਬੱਦਲੀ ਸਿਸਟਮ ਇਹਨਾਂ ਦਿਨਾਂ ਵਿੱਚ ਹਲਕਾ ਬੱਦਲ ਅਚਾਨਕ ਹੀ ਇੱਕ ਤਕੜੇ ਰੂਪ ਵਿੱਚ ਪਰਿਵਰਤਨ ਹੋ ਜਾਂਦਾ ਹੈ ਬਦਲ ਜਾਂਦਾ ਹੈ ਸੋ ਜਿਸ ਦੇ ਕਾਰਨ ਕਈ ਇਲਾਕਿਆਂ ਵਿੱਚ ਅਚਾਨਕ ਹੀ ਤੇਜ਼ ਛਰਾਟੇਦਾਰ ਮੀਂਹ ਦੇਖਣ ਨੂੰ ਮਿਲ ਜਾਂਦਾ ਜਿਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਤਾਂ ਅਜਿਹੀਆਂ ਗਤੀਵਿਧੀਆਂ ਇੱਕ ਦੋ ਭਾਗਾਂ ਵਿੱਚ ਹੋ ਵੀ ਸਕਦੀਆਂ ਨੇ ਪਰ ਜਿਆਦਾ ਸਾਰੇ ਹੀ ਨੇ ਕਿ ਮੀਂਹ ਕੁਝ ਭਾਗਾਂ ਵਿੱਚ ਪਵੇਗਾ ਤੇ ਹਲਕਾ ਹੀ ਰਹੇਗਾ ਤੇ ਪਰ ਪੰਜਾਬ ਦੇ ਲਗਭਗ 80% ਇਲਾਕੇ ਖੁਸ਼ਕ ਹੀ ਰਹਿਣਗੇ ਬੱਦਲਬਾਈ ਆਪਾਂ ਨੂੰ 50 ਤੋਂ ਲੈ ਕੇ 60% ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਅਤੇ ਦੁਪਹਿਰ ਤੋਂ ਸ਼ਾਮ ਦੇ ਦੌਰਾਨ ਇੱਕ ਵਾਰ ਫਿਰ ਤੋਂ ਬੱਦਲਬਾਈ ਦਾ ਦੌਰ ਪੰਜਾਬ ਵਿੱਚ ਹੋ ਸਕਦਾ ਹੈ ਤੇ ਪੰਜਾਬ ਦੇ 50 ਤੋਂ 60% ਇਲਾਕੇ ਬੱਦਲਬਾਈ ਹੇਠ ਆ ਸਕਦੇ ਨੇ ਜਿਸ ਦੇ ਕਾਰਨ ਬੂੰਦਾਬੰਦੀ ਦੇ ਅਸਾਰ ਫਿਰ ਤੋਂ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਕੁਝ ਇਲਾਕਿਆਂ ਵਿੱਚ ਬਣ ਸਕਦੇ ਨੇ ਤੇ ਇਸ ਦੌਰਾਨ ਤਾਪਮਾਨ ਵਿੱਚ ਦਿਨ ਦੇ ਸਮੇਂ ਅੱਜ 2 ਡਿਗਰੀ ਤੱਕ ਦੀ ਗਰਾਫਟ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਕਾਰਨ ਕਈ ਇਲਾਕਿਆਂ ਵਿੱਚ ਬੱਦਲਬਾਹੀ ਹੋਣ ਕਾਰਨ ਥੋੜਾ ਜਿਹਾ ਤਾਪਮਾਨ ਗਰਾਫਟ ਹੋਣ ਕਾਰਨ ਮੌਸਮ ਥੋੜਾ ਜਿਹਾ ਠੰਡਾ ਬਣਿਆ ਰਹੇਗਾ ਪਰ ਜਿਹੜੇ ਇਲਾਕਿਆਂ ਵਿੱਚ ਧੁੱਪ ਨਿਕਲੇਗੀ ਤਾਂ ਉਹਨਾਂ ਵਿੱਚ ਧੁੱਪ ਕਾਫੀ ਜ਼ਿਆਦਾ ਤੇਜ਼ ਰਹੇਗੀ ਤੇ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਪੰਜਾਬ ਵਿੱਚ ਜੋ ਪੰਜਾਬ ਦੇ ਪੱਛਮੀ ਅਤੇ ਦੱਖਣੀ ਇਲਾਕੇ ਹਨ ਉਹਨਾਂ ਵਿੱਚ ਦੱਖਣ ਪੱਛਮੀ ਦਿਸ਼ਾ ਤੋਂ ਹਵਾਵਾਂ ਚੱਲਣਗੀਆਂ ਖਾਸ ਤੌਰ ਤੇ ਜੋ ਇਲਾਕੇ ਰਾਜਸਥਾਨ ਦੇ ਕਰੀਬ ਪੈ ਜਾਂਦੇ ਨੇ ਤਾਂ ਉਹਨਾਂ ਇਲਾਕਿਆਂ ਵਿੱਚ ਮੱਧਮ ਰਫ਼ਤਾਰ ਤੱਕ ਹਵਾਵਾਂ ਚੱਲਦੇ ਸਕਦੀਆਂ ਜਿਹੜੀਆਂ ਕਿ 10 ਤੋਂ ਲੈ ਕੇ 20 ਕਿਲੋਮੀਟਰ ਤੱਕ ਹੋ ਸਕਦੀਆਂ ਨੇ ਤੇ ਜਿਹੜੇ ਇਲਾਕੇ ਪੂਰਬੀ ਅਤੇ ਉੱਤਰੀ ਹੋਣਗੇ ਤਾਂ ਉਹਨਾਂ ਇਲਾਕਿਆਂ ਵਿੱਚ ਪੂਰਬੀ ਹਵਾਵਾਂ ਹੀ ਦੇਖਣ ਨੂੰ ਮਿਲਣਗੀਆਂ ਭਾਵ ਕਿ ਇੱਕ ਦਿਸ਼ਾ ਤੋਂ ਹਵਾ ਪੰਜਾਬ ਵਿੱਚ ਨਹੀਂ ਚੱਲੇਗੀ ਅਲੱਗ-ਅਲੱਗ ਦਿਸ਼ਾਵਾਂ ਤੋਂ ਹਵਾਵਾਂ ਚੱਲਣਗੀਆਂ ਅਲੱਗ-ਅਲੱਗ ਖੇਤਰਾਂ ਦੇ ਵਿੱਚ ਤੇ ਪੰਜਾਬ ਦਾ ਜੋ ਮੱਧ ਖੇਤਰ ਹੋਵੇਗਾ ਉਸ ਦੇ ਵਿੱਚ ਹਵਾਵਾਂ ਦੀ ਗਤੀ ਲਗਭਗ ਬਹੁਤ ਹੌਲੀ ਰਹੇਗੀ ਸੂਏ ਸੀ ਅੱਜ ਦੀ ਮੌਸਮ ਦੀ ਜਾਣਕਾਰੀ ਜੇਕਰ ਇਹਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਕੋਈ ਅਚਾਨਕ ਹੀ ਮੌਸਮ ਵਿੱਚ ਅਪਡੇਟ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਵੀ ਆਪਾਂ ਸਮੇਂ ਤੇ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਉਦੋਂ ਤੱਕ ਲਈ ਇਜਾਜ਼ਤ ਦਿਓ ਤੇ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ ਧੰਨਵਾਦ ਜੀ